ਵਰੀਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੀਵਾ ਸਿੰਘ ਲੁੱਪੂਕੇ ਦਾ ਪਹਿਲਾ ਅੰਗ ਪੱਠੀ ਵਿੱਚ ਟੜਦਾ ਸੋਨਾ ਅਸਲ 'ਚ ਭਾਈ ਮੀਵਾ ਸਿੰਘ ਦੀ ਛੋਟੀ ਜੀ ਜੀਵਨ ਕਹਾਣੀ ਸਹਿਜ ਸ਼ਾਂਤ ਦਰਿਆ ਵਾਂਗ ਵਹਿੰਦੀ ਉਹ ਸਧਾਰਨ ਬੰਦੇ ਦੀ ਕਹਾਣੀ ਹੈ ਜਿਸ ਦਾ ਕੰਮ ਆਪਣੀ ਕਮਾਈ ਕਰਨਾ ਭਜਨ ਬੰਦਗੀ ਕਰਨਾ ਕਿਸੇ ਦੇ ਸਿਰੇ ਨਾ ਆਉਣਾ ਆਪਣੀ ਮੌਤ 'ਚ ਵਿਚਰਨਾ ਪਰ ਸਭ ਨਾਲ ਬਣਾ ਕੇ ਰੱਖਣਾ ਵੀ ਸੀ ਪਰ ਹਾਲਾਤ ਤੇ ਇਤਿਹਾਸ ਦੇ ਵੇਗ ਨੇ ਜਿਹਨੂੰ ਜਵਾਲਾਮੁਖੀ ਵਾਂਗ ਉਬਲਣ ਲਾ ਦਿੱਤਾ ਤੇ ਉਸ ਸੀਨੇ ਅੰਦਰ ਉੱਠੀ ਅੱਗ ਦੀ ਲਾਟ ਨੂੰ ਕਲਮ ਬਣਾ ਕੇ ਅਜਿਹੀ ਜਗ ਦੀ ਮਗ ਦੀ ਕਹਾਣੀ ਲਿਖਿਆ ਜੋ ਉਮਰਾਂ ਤੱਕ ਫੈਲ ਗਈ ਇਸ ਛੋਟੀ ਪਰ ਉਮਰਾਂ ਤੱਕ ਫੈਲ ਜਾਣ ਵਾਲੀ ਜੀਵਨ ਕਹਾਣੀ ਤੇ ਸ਼ੁਰੂ ਤੋਂ ਝਾਤ ਪਾ ਲੈਣੀ ਮناسب ਹੋਏਗੀ ਤਾਂ ਕਿ ਜਾਣਿਆ ਜਾ ਸਕੇ ਕਿ ਕਿਹੜੇ ਹਾਲਾਤ ਤੇ ਦਬਾਵਾਂ ਦੇ ਉਹ ਸਾਸਿ ਕਾਰਜ ਕਰਨ ਤੇ ਮਿੱਥੇ ਆਦਰਸ਼ ਤੋਂ ਕੁਰਬਾਨ ਹੋਣ ਲਈ ਤਤਪਰ ਹੋ ਉੱਠਿਆ ਭਾਈ ਮੇਵਾ ਸਿੰਘ ਦਾ ਜਨਮ 1881 ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਲੋਪੋਕੇ ਚ ਹੋਇਆ ਲੋਪੋਕੇ ਅੰਮ੍ਰਿਤਸਰ ਤੋਂ ਰਾਮ ਤੀਰਥ ਰੋਡ ਤੇ ਜਾਂਦਿਆਂ ਤੋ گاਵੇਂ ਤੋਂ ਅੱਗੇ ਹਿੰਦ-ਪਾਕ ਸਰਹੱਦ ਤੋਂ ਕੁਝ ਕਿਲੋਮੀਟਰ ਰੁਨਾ ਸਥਿਤ ਹੈ ਇਸ ਪਿੰਡ ਵਿੱਚ ਭਾਵੇਂ ਸਭ ਜਾਤੀਆਂ ਦੇ ਲੋਕ ਵਸਦੇ ਹਨ ਪਰ ਵੱਡੀ ਗਿਣਤੀ ਆਲਖ ਗੋਤ ਦੇ ਜੱਟ ਸਿੱਖਾਂ ਦੀ ਹੈ ਭਾਈ ਮੇਵਾ ਸਿੰਘ ਵੀ ਆਲਖ ਪਰਿਵਾਰ ਚ ਪੈਦਾ ਹੋਇਆ ਉਹਦੇ ਪਿਤਾ ਦਾ ਨਾਮ ਸਰਦਾਰ ਅਨੰਦ ਸਿੰਘ ਆਲਖ ਸੀ ਉਹਦਾ ਇੱਕ ਹੋਰ ਭਰਾ ਵੀ ਸੀ ਜਿਹਦਾ ਨਾਮ ਦੇਵਾ ਸਿੰਘ ਸੀ ਪੰਜੀ ਕੁ ਸਾਲ ਦੀ ਭਰ ਜਵਾਨ ਉਮਰ ਚ ਮੀਵਾ ਸਿੰਘ ਦੇ ਮਨ ਚ ਵੀ ਇਹ ਵਿਚਾਰ ਪੈਦਾ ਹੋਇਆ ਕਿ ਕਿਸਾਨੀ ਦੇ ਘਾਟੇ ਬੰਦੇ ਧੰਦੇ ਚ ਟਿਕੇ ਰਹਿ ਕੇ ਕਰਜ਼ਾਈ ਤੇ ਖੱਜਲ ਹੋਈ ਜਾਣ ਦਾ ਕੋਈ ਲਾਭ ਨਹੀਂ ਉਹਨੂੰ ਘਰ ਪਰਿਵਾਰ ਦੀ ਭੁੱਖ ਦੁੱਖ ਦਾ ਇਲਾਜ ਕਰਨ ਲਈ ਰੋਜ਼ਗਾਰ ਦੀ ਨਵੀਂ ਜ਼ਮੀਨ ਤਲਾਸ਼ ਕਰਨੀ ਪਵੇਗੀ ਇਹ ਉਹ ਸਮਾਂ ਸੀ ਜਦੋਂ ਕਰਜ਼ੇ ਤੇ ਗਰੀਬੀ ਦੇ ਭੰਨੇ ਪੰਜਾਬੀ ਕਿਸਾਨ ਜਾਂ ਤਾਂ ਅੰਗਰੇਜ਼ ਦੀ ਫੌਜ ਚ ਭਰਤੀ ਹੋ ਰਹੇ ਸਨ ਜਾਂ ਬਾਹਰਲੇ ਮੁਲਕਾਂ ਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਘਰ ਪਰਿਵਾਰ ਦੀ ਦਸ਼ਾ ਸੁਧਾਰਨ ਲਈ ਕਾਲਾਂ ਘਾਲ ਰਹੇ ਸਨ ਇਹਨਾਂ ਦਿਨਾਂ 'ਚ ਉੱਤਰੀ ਅਮਰੀਕਾ ਵਿੱਚ ਰੋਜ਼ਗਾਰ ਤੇ ਚੰਗੀ ਮਜ਼ਦੂਰੀ ਮਿਲਣ ਦੀਆਂ ਸੰਭਾਵਨਾਵਾਂ ਵੇਖਦੇ ਹੋਏ ਮੇਵਾ ਸਿੰਘ ਵੀ ਹੋਰ ਪੰਜਾਬੀਆਂ ਵਾਂਗ ਖੱਟੀ ਕਮਾਈ ਕਰਨ ਲਈ ਕੈਨੇਡਾ ਪਹੁੰਚ ਗਿਆ ਭਾਈ ਮੇਵਾ ਸਿੰਘ 1906 'ਚ ਕੈਨੇਡਾ ਜਾ ਪਹੁੰਚਿਆ ਅਜੇ ਕੈਨੇਡੀਅਨ ਸਰਕਾਰ ਨੇ 1908 ਵਾਲਾ ਭਾਰਤ ਤੋਂ ਤੋੜ ਤੱਕ ਖਰੀਦੀ ਟਿਕਟ ਤੇ ਸਿੱਧਾ ਸਫ਼ਰ ਕਰਕੇ ਕੈਨੇਡਾ ਪਹੁੰਚਣ ਤੇ ਟੱਟ ਤੇ ਪਹੁੰਚ ਕੇ 200 ਡਾਲਰ ਨਗਦ ਵਿਖਾਉਣ ਵਾਲਾ ਉਹ ਬਦਨਾਮ ਕਾਨੂੰਨ ਪਾਸ ਨਹੀਂ ਸੀ ਕੀਤਾ ਜਿਸ ਤੇ ਲਾਗੂ ਹੋਣ ਨਾਲ ਪਿੱਛੋਂ ਜਾ ਕੇ ਭਾਰਤੀਆਂ ਦਾ ਕੈਨੇਡਾ ਚਾਉਣਾ ਲਗਭਗ ਬੰਦ ਹੀ ਹੋ ਗਿਆ ਸੀ ਮੇਵਾ ਸਿੰਘ ਅਜੇ ਤੱਕ ਅਣ ਵਿਆਹਿਆ ਸੀ ਉਹ ਪਿੱਛੋਂ ਖੇਤੀਬਾੜੀ ਦਾ ਕੰਮ ਕਰਦਾ ਆਇਆ ਸੀ ਹੁਨਰੀ ਕੰਮਾਂ ਨਾ ਹੋਣ ਕਰਕੇ ਉਹਨੇ ਨਿਊ ਵੈਸਟ ਮਿਨਿਸਟਰ ਦੀ ਫਰੀਜ਼ਰ ਮਿਲਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਵੇਲੇ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਪੰਜਾਬੀ ਤੇ ਹਿੰਦੀ ਕੈਨੇਡੀਅਨ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਤੇ ਵਿਤਕਰੇ ਬਾਰੇ ਸੁਚੇਤ ਹੋ ਚੁੱਕੇ ਸਨ ਭਾਰਤ ਤੇ ਬਰਤਾਨੀਆਂ ਦੀ ਅੰਗਰੇਜ਼ੀ ਹਕੂਮਤ ਦੀ ਸ਼ਹਿ ਤੇ ਸਲਾਹ ਵੀ ਕੈਨੇਡੀਅਨ ਸਰਕਾਰ ਨੂੰ ਅਜਿਹੇ ਫੈਸਲੇ ਲੈਣ 'ਚ ਸਹਾਇਕ ਹੋ ਰਹੀ ਸੀ ਹਿੰਦਵਾਸੀਆਂ ਨੇ ਨਿੱਤ ਦੀ ਜ਼ਲਾਲਤ ਤੋਂ ਨੇ ਜਾਨਤ ਹਾਸਲ ਕਰਨ ਲਈ ਸਾਂਝੇ ਮਸਲਿਆਂ ਤੇ ਦੁੱਖਾਂ ਤਕਲੀਫਾਂ ਦੇ ਨਿਵਾਰਣ ਹਿਤ ਸਿਰ ਜੋੜ ਕੇ ਬੈਠਣ ਤੇ ਇਸ ਨਾ ਖੁਸ਼ਗਵਾਰ ਹਾਲਤ ਵਿੱਚੋਂ ਉੱਭਰਨ ਦਾ ਨਿਰਣਾ ਕਰ ਲਿਆ ਪਰ ਮੁਸ਼ਕਲ ਇਹ ਸੀ ਕਿ ਉਹਨਾਂ ਦੇ ਮਿਲ ਬੈਠਣ ਤੇ ਵਿਚਾਰ ਚਰਚਾ ਕਰਨ ਲਈ ਕੋਈ ਸਾਂਝਾ ਸਥਾਨ ਨਹੀਂ ਸੀ ਵੇਲੇ ਸਮੇਂ ਅਕਸਰ ਪਾਰਕਾਂ ਜਾਂ ਸੜਕਾਂ ਦੇ ਕਿਨਾਰੇ ਦੁਖੜੇ ਫੋਲਣ ਲਈ ਖੜੇ ਹੁੰਦੇ ਤਾਂ ਪੁਲਿਸ ਉਹਨਾਂ ਨੂੰ ਛਿੜਕ ਕੇ ਉੱਥੋਂ ਤੁਰ ਜਾਣ ਲਈ ਮਜਬੂਰ ਕਰ ਦਿੰਦੀ ਭਾਰਤ ਵਿੱਚਲੀ ਸਿੰਘ ਸਭਾ ਲਹਿਰ ਤੋਂ ਪ੍ਰੇਰਣਾ ਲੈ ਕੇ ਉਹਨਾਂ ਨੇ ਇੱਥੇ ਵੈਨਕੂਵਰ ਵਿੱਚ ਵੀ ਖਾਲਸਾ ਦਿਵਾਨ ਸੁਸਾਇਟੀ ਬਣਾ ਲਈ ਇਹਦੇ ਨਾਲ ਹੀ ਧਾਰਮਿਕ ਵਿਸ਼ਵਾਸ ਦੀ ਤ੍ਰਿਪਤੀ ਲਈ ਤੇ ਮਿਲ ਬੈਠ ਕੇ ਸਾਂਝੇ ਮਸਲੇ ਵਿਚਾਰਨ ਤੇ ਉਹਨਾਂ ਦਾ ਹੱਲ ਤਲਾਸ਼ਣ ਲਈ ਗੁਰਦੁਆਰਾ ਉਸਾਰਨ ਦਾ ਫੈਸਲਾ ਕਰ ਲਿਆ ਜਿਹੜੇ ਆਗੂ ਗੁਰਦੁਆਰਾ ਉਸਾਰਨ ਦੀ ਇਸ ਮੁਹਿੰਮ ਵਿੱਚ ਅਗਲੀਆਂ ਸਫਾਂਜ ਕਾਰਜਸ਼ੀਲ ਸਨ ਮੇਵਾ ਸਿੰਘ ਦਾ ਉਹਨਾਂ ਨਾਲ ਬੜਾ ਨੇੜਲਾ ਸਬੰਧ ਸੀ ਖਾਲਸਾ ਦੀਵਾਨ ਸੁਸਾਇਟੀ ਦੇ ਆਗੂ ਭਾਈ ਭਾਗ ਸਿੰਘ ਨਾਲ ਉਹਦੇ ਸਬੰਧ ਇਸ ਕਾਰਨ ਵੀ ਨੇੜਲੇ ਸਨ ਕਿਉਂਕਿ ਉਹਨਾਂ ਦੋਵਾਂ ਦਾ ਕਾਰਜ ਸਥਾਨ ਵੀ ਇੱਕੋ ਸੀ ਦੋਵੇਂ ਫਰੇਜ਼ਰ ਮਿਲਜ ਕੰਮ ਕਰਦੇ ਸਨ ਭਾਈ ਬਦਨ ਸਿੰਘ ਤੇ ਹੋਰ ਕਈ ਦੇਸ਼ ਭਗਤ ਵੀ ਇਸੇ ਮਿਲਜ ਕੰਮ ਕਰਦੇ ਸਨ ਦੇਸ਼ ਭਗਤਕ ਵਿਚਾਰਾਂ ਵਾਲੇ ਅਜੈ ਜੁਝਾਰੂ ਚੰਗੇ ਤੇ ਨੇਕ ਇਨਸਾਨਾਂ ਨਾਲ ਰੋਜ਼ਾਨਾ ਮੇਲ ਮਿਲਾਪ ਤੇ ਸੰਗ ਸਾਥ ਦਾ ਉਹਦੇ ਵਿਚਾਰਾਂ ਤੇ ਅਸਰ ਪੈਣਾ ਸੁਭਾਵਕ ਹੀ ਸੀ ਉਹ ਵੀ ਸਾਂਝੇ ਕੰਮਾਂ ਤੇ ਸਾਂਝੀਆਂ ਮੁਹਿਮਾਂ ਵਿੱਚ ਪੂਰੇ ਸਮਰਪਣ ਭਾਵ ਨਾਲ ਜੁਟ ਗਿਆ। ਗੁਰਦੁਆਰੇ ਦੀ ਸਥਾਪਨਾ ਲਈ ਮਾਇਆ ਇਕੱਤਰ ਕਰਨ ਲਈ ਉਹ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਦੂਰ ਦੂਰ ਤੋਂ ਵਕਫ-ਵਕਫ ਡੇਰਿਆਂ ਤੇ ਜਾ ਕੇ ਹੋਰ ਸਮਰਪਿਤ ਸਿੱਖਾਂ ਵਾਂਗ ਉਗਰਾਹੀ ਕਰਨ ਨਿਕਲ ਜਾਂਦਾ। ਪਰ ਇਮਾਨਦਾਰ ਇਹਨਾਂ ਕਿ ਉਗਰਾਹੀ ਵਿੱਚੋਂ ਇੱਕ ਵੀ ਪੈਸਾ ਆਪਣੇ ਖਰਚੇ ਵਾਸਤੇ ਨਾ ਵਰਤਦਾ। ਪਹਿਲਾਂ ਗੁਰਦੁਦਵਾਰਾ ਇੱਕ ਕਿਰਾਏ ਦੇ ਮਕਾਨ 'ਚ ਬਣਾਇਆ ਗਿਆ। ਪਰ ਲੋੜ ਜੋਗੀ ਮਾਇਆ 71 ਹੋ ਜਾਣ ਉਪਰੰਤ ਅਕਤੂਬਰ 1907 ਵਿੱਚ ਗੁਰਦੁਆਰੇ ਦੀ ਨੀਂਹ ਰੱਖੀ ਗਈ 19 ਜਨਵਰੀ 1908 ਵਿੱਚ ਖਾਲਸਾ ਦੀਵਾਨ ਸੁਸਾਇਟੀ ਦੀ ਦੇਖਰੇਖ ਚ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦਾ ਉਦਘਾਟਨ ਕਰਕੇ ਇਹਨੂੰ ਸੰਗਤਾਂ ਲਈ ਖੋਲ ਦਿੱਤਾ ਗਿਆ ਭਜਨ ਬੰਦਗੀ ਕਰਨ ਵਾਲਾ ਮੇਵਾ ਸਿੰਘ ਵੇਲ ਮਿਲਦੇ ਆ ਗੁਰਦੁਆਰੇ ਜਾਂਦਾ ਰਹਿੰਦਾ ਸੇਵਾ ਕਰਦਾ ਭਾਵੇਂ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦਾ ਜਾਣਕਾਰ ਨਹੀਂ ਸੀ ਪਰ ਪੰਜਾਬੀ ਪੜ੍ਹ ਲਿਖ ਸਕਦਾ ਸੀ ਇਸ ਕਰਕੇ ਉਹ ਗੁਰਦੁਆਰੇ 'ਚ ਲੋੜ ਪੈਂਦੇ ਗ੍ਰੰਥੀ ਦੇ ਫਰਜ਼ ਵੀ ਅਦਾ ਕਰਦਾ ਪਾਠ ਕਰਦਾ ਅਰਦਾਸ ਕਰਦਾ ਭਾਈ ਮੇਵਾ ਸਿੰਘ ਗੁਰਦੁਆਰੇ ਦੇ ਹੋਰ ਕੰਮਾਂ ਵਿੱਚ ਵੀ ਬੜੀ ਨਿਸ਼ਕਾਮ ਭਾਵਨਾ ਨਾਲ ਸੇਵਾ 'ਚ ਜੁਟਿਆ ਰਹਿੰਦਾ ਆਇਆਂ ਸੰਗਤਾਂ ਦੀ ਲੋੜ ਅਨੁਸਾਰ ਸੇਵਾ ਕਰਦਾ ਆਪਣੀ ਦਸਾਂ ਨੌਾਂ ਦੀ ਕਮਾਈ 'ਚੋਂ ਕੁਛ ਨਾ ਕੁਛ ਮਾਇਆ ਭਲਾਈ ਦੇ ਸਾਂਝੇ ਕੰਮਾਂ ਲਈ ਵੀ ਖਰਚਦਾ ਰਹਿੰਦਾ ਗਿਆਨੀ ਕੇਸਰ ਸਿੰਘ ਗੁਰਦੁਆਰੇ ਦੇ ਰਿਕਾਰਡ ਦੇ ਹਵਾਲੇ ਨਾਲ ਇਹ ਗੱਲ ਨੋਟ ਕਰਨ ਲਈ ਆਖਦਾ ਹੈ ਕਿ 23 ਜਨਵਰੀ 1910 ਵਿੱਚ ਭਾਈ ਮੇਵਾ ਸਿੰਘ ਨੇ ਗੁਰਦੁਆਰੇ ਦੇ ਟਾਇਲਟ ਠੀਕ ਕਰਾਉਣ ਲਈ 6 ਡਾਲਰ ਆਪਣੇ ਕੋਲੋਂ ਖਰਚ ਕੀਤੇ ਸਨ। ਹੋਰ ਖੇਤਰਾਂ ਵਿੱਚ ਪਿੱਛੇ ਰਹਿ ਕੇ ਕੰਮ ਕਰਨ 'ਚ ਰੁਚੀ ਰੱਖਣ ਵਾਲਾ ਮੇਵਾ ਸਿੰਘ ਸੁਰੀਲੀ ਤੇ ਸੰਗੀਤਕ ਆਵਾਜ਼ ਦਾ ਮਾਲਕ ਹੋਣ ਕਰਕੇ ਸ਼ਬਦ ਗਾਇਨ ਕਰਨ ਵਾਲੇ ਜਥੇ ਦੀ ਅਗਵਾਈ ਕਰਦਾ। ਉਹ ਘੱਟ ਬੋਲਣ ਵਾਲਾ ਤੇ ਮਿੱਠਾ ਬੋਲਣ ਵਾਲਾ ਸੀ। ਅੰਤਰਮੁਖੀ ਸੁਭਾਅ ਦਾ ਧਾਰਨੀ ਹੋਣ ਕਰਕੇ ਉਹ ਆਪਣੀ ਮੌਜ ਵਿੱਚ ਮਸਤ ਰਹਿੰਦਾ ਤੇ ਆਸੇ-ਪਾਸੇ ਹੋ ਰਹੇ ਕਮਾਂਕਾਰਾਂ ਜਾਂ ਫਿਰਦੇ-ਤੁਰਦੇ ਬੰਦਿਆਂ ਮਾਰੀ ਟਿੱਪਣੀ ਕਰਨ ਤੋਂ ਗੁਰੇਜ਼ ਹੀ ਕਰਦਾ ਉਹਦੇ ਇਸੇ ਸੁਭਾਅ ਕਰਕੇ ਸਾਰੇ ਜਣੇ ਉਹਨੂੰ ਸਨੇਹ ਕਰਦੇ ਭਾਈ ਮੀਵਾਂ ਸਿੰਘ ਅਮਰਤਪਾਨ ਕਰਕੇ ਸਿੰਘ ਸਜਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਐ ਉਹਨੇ 21 ਜੂਨ 1908 ਦੇ ਦਿਹਾੜੇ ਅਮਰਤ ਛਕ ਲਿਆ दिलचस्प ਗੱਲ ਹੈ ਕਿ ਖਾਲਸਾ دیਵਾਨ ਸੁਸਾਇਟੀ ਦੇ ਆਗੂ ਤੇ ਤਤਕਾਲੀ ਜਨਰਲ ਜਨਰਲ ਸਕੱਤਰ ਭਾਈ ਭਾਗ ਸਿੰਘ ਤੇ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਹੋਰੀ ਭਾਈ ਮੇਵਾ ਸਿੰਘ ਤੋਂ ਹਫ਼ਤਾ ਬਾਅਦ 28 ਜੂਨ 1908 ਨੂੰ ਅੰਮ੍ਰਿਤ ਪਾਨ ਕਰਦੇ ਹਨ ਇਹ ਸਮਰਤ ਪਾਨ ਸਮਾਗਮ ਦਾ ਵੇਰਵਾ ਦਿੰਦੇ ਹੋਏ ਗਿਆਨੀ ਕੇਸਰ ਸਿੰਘ ਲਿਖਦੇ ਹਨ ਕਿ ਪ੍ਰੋਫੈਸਰ ਤੇਜਾ ਸਿੰਘ ਨੇ ਹੋਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਦਾ ਰੋਜ਼ਨਾਮਚਾ ਲਿਖਣ ਦੀ ਰਵਾਇਤ ਪਾਈ ਉਨਾਂ ਅਨੁਸਾਰ ਖਾਲਸਾ ਦਿਵਾਨ ਸੁਸਾਇਟੀ ਵੈਨਕੂਵਰ ਦੀ ਰੋਜ਼ਾਨਾ ਡਾਇਰੀ ਚ ਪਹਿਲੇ ਸਿੱਖ ਅੰਮ੍ਰਿਤਪਾਨ ਸਮਾਗਮ ਦੀ ਵਿਸਥਾਰ ਪੂਰਵਕ ਰਿਪੋਰਟ ਦਰਜ ਹੈ ਇਹ 4 ਅਪ੍ਰੈਲ 1908 ਦੇ ਦਿਹਾੜੇ ਕਰਵਾਇਆ ਗਿਆ ਇਹਦਾ ਇਹ ਮਤਲਬ ਨਹੀਂ ਕਿ ਇਸ ਤੋਂ ਪਹਿਲਾਂ ਜਾਂ ਪਿੱਛੇ ਅੰਮ੍ਰਿਤਪਾਨ ਕਰਾਉਣ ਦੀ ਕੋਈ ਰਸਮ ਹੋਈ ਨਾ ਹੋਵੇ ਫਰਕ ਸਿਰਫ ਇਹਨਾਂ ਹੈ ਕਿ ਇਹਦਾ ਪੂਰਾ ਵੇਰਵਾ ਬਾਅ ਕਾਇਦਾ ਉਸ ਤਰ੍ਹਾਂ ਦਰਜ ਕੀਤਾ ਹੋਇਆ ਨਹੀਂ ਮਿਲਦਾ ਜਿਵੇਂ ਪ੍ਰੋਫੈਸਰ ਤੇਜਾ ਸਿੰਘ ਐਮ ਐ ਐਲ ਐਲ ਬੀ ਨੇ ਆਪਣੇ ਹੱਥੀਂ ਦਰਜ ਕੀਤਾ ਹੈ ਇਸ ਤੋਂ ਅਗੇ ਤ੍ਰਿਕ ਵਾਰ ਤੇ ਕਰਮਵਾਰ ਅਮਰਤ ਛਕਣ ਵਾਲੇ ਸਿੰਘਾਂ ਦਾ ਵੇਰਵਾ ਦਰਜ ਹੈ ਸਭ ਤੋਂ ਪਹਿਲਾਂ ਭਾਈ ਮੇਵਾ ਸਿੰਘ ਲੋਪੋਕੇ ਨੇ 1 ਜੂਨ 1908 ਨੂੰ ਅਮਰਤ ਪਾਨ ਕੀਤਾ 28 ਜੂਨ ਨੂੰ ਭਾਈ ਬਲਵੰਤ ਸਿੰਘ ਭਾਈ ਭਗਤ ਸਿੰਘ ਭਾਈ ਵਰਿਆਮ ਸਿੰਘ ਨੇ ਅਮਰਤ ਛਕਿਆ 19 ਜੁਲਾਈ 1908 ਨੂੰ ਭਾਈ ਕਰਮ ਸਿੰਘ ਦੌਲਤਪੁਰ ਬੱਬਰ ਭਾਈ ਅਤਰ ਸਿੰਘ ਭਾਈ ਅਤਰ ਸਿੰਘ ਭਾਈ ਸੁੰਦਰ ਸਿੰਘ ਡਾਕਟਰ ਭਾਈ ਵਰਿਆਮ ਸਿੰਘ ਭਾਈ ਬੇਲਾ ਸਿੰਘ ਜਿਨੇ ਪਿੱਛੋਂ ਜਾ ਕੇ ਖਾਲ ਨਾਇਕ ਦਾ ਰੋਲ ਅਦਾ ਕੀਤਾ 30 ਜਨਵਰੀ 1910 ਨੂੰ ਭਾਈ ਰਾਜਾ ਸਿੰਘ ਬਾੜੀਆਂ 24 ਨਵੰਬਰ 1912 ਨੂੰ ਭਾਈ ਸਰਣ ਸਿੰਘ ਮੁਹੀਮ ਪਹਿਲਾ ਨਾਮ ਲੱਭੂ 6 ਦਸੰਬਰ 1913 ਨੂੰ ਬੀਬੀ ਨਰਿੰਜਨ ਕੌਰ ਪੁੱਤਰੀ ਭਾਈ ਹੀਰਾ ਸਿੰਘ 31 ਦਸੰਬਰ 1913 ਨੂੰ ਭਾਈ ਨਰੈਣ ਸਿੰਘ ਦੋਮਾਨ ਤੇ 11 ਜਨਵਰੀ 1916 ਨੂੰ ਭਾਈ ਮਿਤ ਸਿੰਘ ਪੰਡੋਰੀ 1 ਡਾਲਰ 25 ਸੈਂਟ ਦੀ ਤਨਖਾਹ ਲਵਾ ਕੇ ਅਮਰਿਤ ਛਕਦੇ ਹਨ ਅੰਮ੍ਰਿਤ ਪਾਨ ਕਰਨ ਵਾਲੇ ਸਿੰਘਾਂ ਦੀ ਤਰਤੀਬ ਵਿੱਚ ਭਾਈ ਮੀਵਾ ਸਿੰਘ ਦਾ ਸਭ ਤੋਂ ਪਹਿਲਾ ਅੰਮ੍ਰਿਤ ਛਕਣਾ ਇਸ ਤੱਥ ਵੱਲ ਸੰਕੇਤ ਕਰਦਾ ਹੈ ਕਿ ਭਾਈ ਮੀਵਾ ਸਿੰਘ ਦੀ ਸਿੱਖ ਧਰਮ 'ਚ ਗੂੜੀ ਆਸਥਾ ਸੀ ਤੇ ਉਹ ਡੂੰਘੀਆਂ ਧਾਰਮਿਕ ਰੁਚੀਆਂ ਵਾਲਾ ਬੰਦਾ ਸੀ ਉਹ ਸਿੱਖ ਧਰਮ ਦੀਆਂ ਸਰਬਸਾਂਝੀ ਵਾਲਤਾ ਦੀਆਂ ਰਵਾਇਤਾਂ ਤੋਂ ਜਾਣੂ ਹੀ ਨਹੀਂ ਸਗੋਂ ਇਹਨਾਂ 'ਚ ਆਸਥਾ ਰੱਖਣ ਵਾਲਾ ਸੱਚਾ ਸਿੱਖ ਸੀ ਇੱਕ ਵਾਰ ਕੈਨੇਡਾ 'ਚ ਨਵਾਂ ਨਵਾਂ ਆਇਆ ਮੁਸਲਮਾਨ ਗੁਰਦੁਆਰੇ ਦੇ ਬਾਹਰ-ਬਾਰ ਆ ਕੇ ਬੈਠ ਗਿਆ ਪਾਈ ਮੀਵਾ ਸਿੰਘ ਨੇ ਉਹਨੂੰ ਬਾਹਰ ਬੈਠਾ ਵੇਖ ਕੇ ਦਾ ਕਾਰਨ ਪੁੱਛਿਆ ਤਾਂ ਉਹਨੇ ਸੰਗ ਦੇ ਝਿਜਕਦੇ ਜਵਾਬ ਦਿੱਤਾ ਮੈਂ ਇਸ ਕਰਕੇ ਡਰਦਾ ਅੰਦਰ ਨਹੀਂ ਗਿਆ ਕਿਉਂਕਿ ਇਹ ਤੁਹਾਡਾ ਸਿੱਖਾਂ ਦਾ ਗੁਰਦੁਆਰਾ ਹੈ ਮੇਰੇ ਅੰਦਰ ਜਾਣ ਤੇ ਸ਼ਾਇਦ ਤੁਸੀਂ ਬੁਰਾ ਮਨਾਓਗੇ ਉਹਦੀ ਗੱਲ ਸੁਣ ਕੇ ਪਾਈ ਮੀਵਾ ਸਿੰਘ ਨੇ ਉਹਨੂੰ ਉਠਾ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਹ ਆ ਭਲੇ ਮਾਨਸਾ ਇਹ ਕੱਲਾ ਸਾਡਾ ਸਿੱਖਾਂ ਦਾ ਹੀ ਗੁਰਦੁਆਰਾ ਨਹੀਂ ਇਹ ਤਾਂ ਸਰਬਸਾਂਝੀ ਮਨੁੱਖਤਾ ਲਈ ਸਭ ਦਾ ਸਾਂਝਾ ਗੁਰੂ ਘਰ ਹੈ ਇਹ ਜਿੰਨਾ ਸਾਡਾ ਜਾਂ ਮੇਰਾ ਹੈ ਉਨਾ ਹੀ ਤੇਰਾ ਵੀ ਹੈ ਤੇ ਉਹਨੂੰ ਬਾਹੂ ਫੜ ਕੇ ਗੁਰਦੁਆਰੇ ਦੇ ਅੰਦਰ ਲੈ ਗਿਆ ਇਨ ਜਰਨੀ ਸੈਵਨੀ ਗੁਰੂ ਸਿੱਖੀ ਗੁਰਸਿੱਖੀ ਤੇ ਗੁਰਦੁਆਰੇ ਦੇ ਜਾਤ ਪਾਤ ਰਹਿਤ ਸਰਬਸਾਂਝੇ ਸਰੂਪ ਨੂੰ ਪਰਿਭਾਸ਼ਿਤ ਕਰ ਦਿੱਤਾ ਸੀ ਇਤਿਹਾਸ ਗਵਾਹ ਹੈ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਸਹੀ ਅਰਥਾਂ ਚ ਹਿੰਦੂ ਸਿੱਖ ਤੇ ਮੁਸਲਮਾਨਾਂ ਦਾ ਸਾਂਝਾ ਗੁਰਦੁਆਰਾ ਬਣ ਗਿਆ ਸੀ ਉੱਪਰਲੀ ਮੰਜ਼ਲ ਤੇ ਧਾਰਮਿਕ ਕਿਰਿਆਕਰਮ ਹੁੰਦਾ ਹੇਠਲੀ ਬੇਸਮੈਂਟ 'ਚ ਹਿੰਦੂ ਸਿੱਖ ਤੇ ਮੁਸਲਮਾਨ ਸਿਰ ਪਈਆਂ ਸਾਨੀਆਂ ਸਮੱਸਿਆਵਾਂ ਦੇ ਹੱਲ ਤਲਾਸ਼ਣ ਲਈ ਵਿਚਾਰ ਚਰਚਾਵਾਂ ਕਰਕੇ ਯੁੱਧਨੀਤੀ ਘੜਦੇ ਰਹਿੰਦੇ ਭਾਈ ਮੇਵਾ ਸਿੰਘ ਨਾ ਸਮਾਜਿਕ ਸੱਭਿਆਚਾਰਕ ਤੇ ਰਾਜਨੀਤਿਕ ਸਰਗਰਮੀਆਂ ਵਿੱਚ ਅੱਗੇ ਵਧ ਕੇ ਆਗੂ ਧਿਰ ਵਾਂਗ ਵਿਚਰਨ ਦੀ ਕੋਸ਼ਿਸ਼ ਨਾ ਕਰਦਾ ਉਹਦਾ ਸੁਭਾਗ ਅਗੇ ਦਿਸਣ ਨਾਲੋਂ ਪਿੱਛੇ ਰਹਿ ਕੇ ਚੁੱਪਚਾਪ ਕਰਨ ਵਾਲਾ ਕੰਮ ਕਰਨ ਵਾਲਾ ਸੀ ਪਰ ਉਹ ਇਹਨਾਂ ਸਰਗਰਮੀਆਂ ਨੂੰ ਹਰ ਰੋਜ਼ ਨੇੜਿਓਂ ਵੇਖਦਾ ਸਮਝਦਾ ਰਹਿੰਦਾ ਸੀ ਕਿ ਇਹਨਾਂ ਦੇ ਮਹੱਤਵ ਨੂੰ ਵੀ ਪਛਾਣਦਾ ਸੀ ਆਪਣੇ ਦੇਸ਼ ਭਗਤ ਸਾਥੀਆਂ ਦੇ ਵਿਚਾਰਾਂ ਤੇ ਸੰਗਤ ਦਾ ਰੰਗ ਉਸ ਤੇ ਦਿਨੋਂ ਦਿਨ ਗੂੜਾ ਚੜਦਾ ਜਾ ਰਿਹਾ ਸੀ ਗੁਰਦੁਆਰੇ ਵਿੱਚੋਂ ਹੀ ਕੈਨੇਡਾ ਸਰਕਾਰ ਵੱਲੋਂ ਹਿੰਦਿਆ ਨੂੰ ਹਾਂਡੂਰਾਸ ਟਾਪੂ ਵਿੱਚ ਤੱਕ ਦਿੱਤੇ ਜਾਣ ਵਿਰੁੱਧ ਸੰਗਠਿਤ ਕੋਲ ਲੜਿਆ ਗਿਆ ਇੱਥੋਂ ਹੀ ਨਸਲੀ ਵਿਤਕਰੇ ਦੇ ਵਿਰੁੱਧ ਇੱਕ ਮੁੱਠੋ ਕੇ ਲੜਾਈ ਲੜੀ ਗਈ ਇਸੇ ਗੁਰਦੁਆਰੇ ਵਿੱਚੋਂ ਸਰਕਾਰ ਦੇ ਭਾਰਤ ਤੋਂ ਸਿੱਧਾ ਸਫ਼ਰ ਕਰਕੇ ਕੈਨੇਡਾ ਆਉਣ ਦੇ ਵਿਤਕਰੇ ਵਾਲੇ ਕਾਨੂੰਨ ਦੇ ਖਿਲਾਫ ਸੰਘਰਸ਼ ਰੰਬਿਆ ਗਿਆ ਇੱਥੋਂ ਹੀ ਗਦਰ ਪਾਰਟੀ ਨਾਲ ਕੈਨੇਡੀਅਨ ਹਿੰਦਿਆਂ ਦੀ ਰਿਸ਼ਤਗੀ ਸਥਾਪਿਤ ਹੋਈ ਗਦਰ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਇਹੋ ਗੁਰਦੁਆਰਾ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦੀ ਸਹਾਇਤਾ ਕਰਨ ਵਾਲਾ ਮੁੱਢਲਾ ਕੇਂਦਰ ਬਣਿਆ ਇਹਨਾਂ ਸਾਰੇ ਘੋਲਾਂ ਦਾ ਭਾਈ ਮੇਵਾ ਸਿੰਘ ਚਸ਼ਮਦੀਦ ਗਵਾਹੀ ਤੇ ਇਹਨਾਂ ਘੋਲਾਂ ਦੇ ਘੋਲ ਵਿੱਚ ਕੁਲ ਕੇ ਇਨਕਲਾਬੀ ਰੰਗਣ ਵਿੱਚ ਰੰਗਿਆ ਵੀ ਗਿਆ ਸੀ ਗੁਰਦੁਆਰੇ ਦੇ ਵਿੱਚ ਅਕਸਰ ਆਉਂਦਾ ਜਾਂਦਾ ਤੇ ਨਿਸ਼ਕਾਮ ਸੇਵਾ ਕਰਦਾ ਹੋਣ ਕਰਕੇ ਉਹਦਾ ਖਾਲਸਾ ਦਿਵਾਨ ਸੋਸਾਇਟੀ ਤੇ ਗੁਰਦੁਆਰੇ ਦੇ ਦੂਜੇ ਆਗੂਆਂ ਨਾਲ ਵੀ ਨੇੜਲਾ ਸੰਪਰਕ ਸਾਥ ਤੇ ਵਿਸ਼ਵਾਸ ਬਣ ਗਿਆ ਸੀ ਉਂਝ ਜਿਵੇਂ ਦੱਸਿਆ ਗਿਆ ਉਹ ਕੰਮ ਵੀ ਉਸੇ ਫਰੇਜ਼ਰ ਮਿਲਟ ਕਰਦਾ ਸੀ ਜਿੱਥੇ ਗੁਰਦੁਆਰਾ ਸਿੱਖ ਟੈਂਪਲ ਦਾ ਆਗੂ ਭਾਈ ਭਗਤ ਸਿੰਘ ਵੀ ਕੰਮ ਕਰਦਾ ਸੀ ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਜਿਹੇ ਅਜਿਹੇ ਸੰਗੀਆਂ ਸਾਥੀਆਂ ਦੀ ਸੰਗਤ ਵਿੱਚ ਰਹਿ ਕੇ ਤੇ ਗੁਰਦੁਆਰੇ 'ਚ ਰੋਜ਼ ਹੀ ਆਉਂਦਾ ਜਾਂਦਾ ਹੋਣ ਕਰਕੇ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਆਪਣੇ ਕਲਿਆਣ ਲਈ ਸੋਚੇ ਤੇ ਵਿੱਢੇ ਜਾਣ ਵਾਲੇ ਹਰੇਕ ਸੰਘਰਸ਼ ਦਾ ਉਹ ਜਾਣੂ ਵੀ ਸੀ ਤੇ ਹਿੱਸੇਦਾਰ ਵੀ ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਨਾਲ ਤਾਂ ਭਾਈ ਮੇਵਾ ਸਿੰਘ ਦਾ ਨਿੱਕੀ ਮਿਲਵਰਤਨ ਸੀ ਹੀ ਪਰ ਜਦੋਂ ਪ੍ਰੋਫੈਸਰ ਤੇਜਾ ਸਿੰਘ ਕੈਨੇਡਾ ਆਇਆ ਤਾ ਆਪਣੇ ਨਿੱਘੇ ਤੇ ਮਿਲਵਰਤਨੀ ਸੁਭਾਅ ਕਰਕੇ ਉਹ ਪ੍ਰੋਫੈਸਰ ਤੇਜਾ ਸਿੰਘ ਦੇ ਪਰਿਵਾਰ ਦੇ ਵੀ ਬਹੁਤ ਨੇੜੇ ਹੋ ਗਿਆ ਸੀ ਜਿਨ੍ਹਾਂ ਚ ਪ੍ਰੋਫੈਸਰ ਤੇਜਾ ਸਿੰਘ ਆਪਣੀ ਪਤਨੀ ਬਿਸ਼ਨ ਕੌਰ ਤੇ ਦੋ ਬੱਚਿਆਂ ਸਮੇਤ ਵੈਨਕੂਵਰ ਚ ਰਿਹਾ ਭਾਈ ਮੇਵਾ ਸਿੰਘ ਉਹਨਾਂ ਦੀ ਬੜੇ ਸਨੇਹ ਨਾਲ ਦੇਖਭਾਲ ਤੇ ਸੇਵਾ ਸਹਾਇਤਾ ਕਰਦਾ ਰਿਹਾ ਅਸਲ ਚ ਭਾਈ ਕਨਿਗੇ ਵਾਂਗ ਸੇਵਾ ਭਾਵ ਉਹਦੇ ਖਮੀਰ ਚ ਰਚਿਆ ਵੱਸਿਆ ਸੀ ਜਦੋਂ ਵੀ ਕਿਤੇ ਭਾਈਚਾਰੇ ਵੱਲੋਂ ਕਿਸੇ ਨੂੰ ਅਜੇ ਸੇਵਾ ਭਾਵ ਦੀ ਜ਼ਿੰਮੇਵਾਰੀ ਵਾਲਾ ਕੰਮ ਸੌਂਪਣ ਦੀ ਲੋੜ ਪੈਂਦੀ ਤਾਂ ਮੇਵਾ ਸਿੰਘ ਉਹਨਾਂ ਦੀ ਪਹਿਲੀ ਚੋਣ ਤਾਂ ਹੁੰਦੀ ਸਗੋਂ ਮੇਵਾ ਸਿੰਘ ਖੁਦ ਆਪ ਅੱਗੇ ਹੋ ਕੇ ਜ਼ਿੰਮੇਵਾਰੀ ਓਟਣ ਲਈ ਤਿਆਰ ਹੁੰਦਾ। ਬਾਬਾ ਜਵਾਲਾ ਸਿੰਘ ਜਦੋਂ ਅਮਰੀਕਾ ਤੋਂ ਵੈਨਕੂਵਰ ਗਏ ਤਾਂ ਉਦੋਂ ਗੁਰਦੁਆਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੁਰਬ ਮਨਾਉਣ ਲਈ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਸਨ। ਵੈਨਕੂਵਰ ਵਿੱਚਲੇ ਗੁਰਦੁਆਰੇ ਚਾਈਆਂ ਸੰਗਤਾਂ ਦੇ ਲੰਗਰ ਤੇ ਹੋਰ ਖਾਣ ਪੀਣ ਦਾ ਸਾਰਾ ਪ੍ਰਬੰਧ ਭਾਈ ਰਾਮ ਸਿੰਘ ਤੁਲੇਤਾ ਭਾਈ ਮੇਵਾ ਸਿੰਘ ਦੇ ਜਿੰਮੇ ਸੀ ਅਸਲ ਵਿੱਚ ਲੰਗਰ ਦੇ ਖਰਚੇ ਦੀ ਸਾਰੀ ਰਕਮ ਭਾਈ ਰਾਮ ਸਿੰਘ ਤੁਲੇਤੇ ਨੇ ਅਦਾ ਕੀਤੀ ਸੀ ਤੇ ਅਮਲੀ ਰੂਪ ਚ ਲੰਗਰ ਦਾ ਸਾਰਾ ਬੰਦੋਬਸਤ ਭਾਈ ਮੇਵਾ ਸਿੰਘ ਦੇ ਹੱਥ ਹੀ ਸੀ ਇਹ ਸਾਰੇ ਵੇਰਵੇ ਤੋਂ ਪਤਾ ਚੱਲਦਾ ਹੈ ਕਿ ਭਾਈ ਮੇਵਾ ਸਿੰਘ ਦਾ ਗੁਰਦੁਆਰਾ ਪ੍ਰਬੰਧ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਸੀ ਉਹ ਹਰ ਵੇਲੇ ਸੇਵਾ ਚ ਲੱਗਾ ਰਹਿੰਦਾ ਕਦੀ ਪਾਠੀ ਕਦੀ ਕੀਰਤਨੀ ਕਦੀ ਸੇਵਾਦਾਰ ਵਜੋਂ ਕਰਜਸ਼ੀਲ ਰਹਿੰਦਾ ਕੰਮ ਤੋਂ ਬਾਅਦ ਉਹਦਾ ਅੱppa ਭਾਈ ਚਾਰੀ ਦੀਆਂ ਸੇਵਾਵਾਂ ਲਈ ਸੇਵਾਵਾਂ ਲਈ ਤਤਪਰ ਰਹਿਂਦਾ ਤੇ ਅਰਪਿਤ ਰਹਿੰਦਾ ਸੇਵਾ ਚ ਆਨੰਦ ਪ੍ਰਾਪਤ ਕਰਦਾ ਤੇ ਨਾਲ ਹੀ ਗੁਰਦੁਆਰੇ ਦੇ ਆਗੂਆਂ ਦੀ ਸਹਿਜ ਸੰਗਤ ਵੀ ਮਾਣਦਾ ਅਜੇ ਮਹੱਤਵਪੂਰਨ ਆਗੂਆਂ ਦੀ ਸੰਗਤ ਵਿੱਚ ਸੁਣੇ ਵਿਚਾਰਾਂ ਤੇ ਗੁਰਦੁਆਰੇ ਚ ਹੁੰਦੀਆਂ ਹੋਰ ਰਾਜਨੀਤਿਕ ਸਰਗਰਮੀਆਂ ਨਾਲ ਦਿਲਾਂ ਚ ਸੇਖ ਛੱਡਣ ਵਾਲਾ ਮਾਹੌਲ ਉੱਸਰ ਰਿਹਾ ਸੀ ਅਜੇ ਤੱਪ ਦੇ ਮਾਹੌਲ ਚ ਭਾਈ ਮੇਵਾ ਸਿੰਘ ਦੀ ਇਨਕਲਾਬੀ ਸ਼ਖਸੀਅਤ ਦੀ ਵੀ ਹੌਲੀ-ਹੌਲੀ ਉਸਾਰੀ ਹੋ ਰਹੀ ਸੀ। ਉਹਦਾ ਕੱਚ ਪਿਲ ਛੜਦਾ ਜਾ ਰਿਹਾ ਸੀ। ਸੇਵਾ ਤੇ ਸੰਘਰਸ਼ ਦੀ ਪੱਠੀ 'ਚ ਪੱਕ ਕੇ ਉਹਦਾ ਆਪਾ ਕੁੰਦਰ ਰੂਪ 'ਚ ਟਲਦਾ ਜਾ ਰਿਹਾ ਸੀ। ਧੰਨਵਾਦ। ਚਲਦਾ